ਹਾਂਜੀ ਵੀਰੋ, ਫਿਰ ਕਿਵੇਂ ਹੋ ਸਾਰੇ? ਅਤੇ ਜਿਹੜੀ ਅੱਜ ਦੀ ਵੀਡੀਓ ਹੋਣ ਵਾਲੀ ਹੈ, ਇਹਦੇ 'ਚ ਆਪਾਂ ਗੱਲ ਕਰਨੀ ਹੈ ਜੋਂਡੀਅਰ 52 ਗੇਅਰ ਪ੍ਰੋ ਬਾਰੇ, ਜੋ ਕਿ ਹਲੇ ਕੱਲ੍ਹ ਹੀ ਕੰਪਨੀ ਨੇ ਲਾਂਚ ਕੀਤਾ। ਅਤੇ ਇਸ ਵੀਡੀਓ 'ਚ ਆਪਾਂ ਇਹਦੇ ਬਾਰੇ ਸਾਰੀਆਂ ਜਿਹੜੀ ਡਿਟੇਲਸ ਨੇ ਉਹ ਦੱਸਣੀ ਹੈ, ਅਤੇ ਕੰਪਨੀ ਨੇ ਤੁਹਾਨੂੰ ਕੁਛ ਕੁਛ ਇਹਦੇ ਜਿਹੜੇ ਫੀਚਰਸ ਉਹ ਮੇਨ ਮੇਨ ਦੱਸਦੇ ਆ। ਆਪਾਂ ਉਹਦੇ ਨਾਲ ਤੁਹਾਨੂੰ ਜਿਹੜੇ ਇਹਦੇ ਕੁਛ ਹੋਰ ਅਲੱਗ ਜਿਹੜਾ ਚੇਂਜਸ ਕਰੇ ਗਏ ਉਹਦੇ ਬਾਰੇ ਵੀ ਦੱਸਾਂਗੇ। ਤਾਂ ਵੀਡੀਓ ਨਾਲ ਪਲੀਜ਼ ਬਣੇ ਰਹਿਣਾ। ਫਿਰ ਚਲੋ ਕਰਦੇ ਹਾਂ ਸ਼ੁਰੂ। ਸਬਸਕ੍ਰਾਈਬ ਕਰੋ RJ 13 ਟਰੈਕਟਰ ਫੈਂਸ ਚੈਨਲ ਨੂੰ, ਅਤੇ ਬੈਲ ਦੇ ਆਈਕਨ 'ਤੇ ਕਲਿੱਕ ਕਰ ਲਓ ਲੇਟੈਸਟ ਵੀਡੀਓ ਸਭ ਨਾਲ ਪਹਿਲਾਂ ਦੇਖਣ ਲਈ। ਹਾਂਜੀ, ਤਾਂ ਵੀਰੋ ਮੈਂ ਤੁਹਾਨੂੰ ਵੀਡੀਓ ਇਹ ਸਿਰਫ ਜਿਹੜੀ ਲਾ ਰਹੇ ਹਾਂ, ਠੀਕ ਹੈ, ਇਹ ਤੁਹਾਨੂੰ ਮੈਂ ਟਰੈਕਟਰ ਮਾਡਲ ਦਿਖਾਉਣ ਲਈ ਲਾ ਰਿਹਾ। ਵੈਸੇ ਜਿਹੜੇ ਇਹ 'ਚ ਤੁਸੀਂ ਫੀਚਰਸ ਨੂੰ ਨਾਲ ਦਿਨ ਦੇਖੀ ਜਾਓਗੇ, ਮੈਂ ਉਹ ਤੋਂ ਥੋੜ੍ਹਾ ਅਲੱਗ ਗੱਲ ਕਰ ਰਹੀ ਹਾਂ, ਠੀਕ ਹੈ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮੇਨ ਮੇਨ ਗੱਲਾਂ ਦੱਸ ਦੇਣਾ। ਇਹ 'ਚ 4-speed ਗੇਅਰਬੋਕਸ ਆ ਗਿਆ, ਠੀਕ ਹੈ ਵੀਰੋ, ਅਤੇ ਡਬਲ ਡਿਸਟ੍ਰੀਬਿਊਟਰ ਹੋ ਗਿਆ, 4-wheel 2-wheel drive ਦੋਨਾਂ 'ਚ ਇਹ ਮਾਡਲ ਆਊਗਾ, ਪਰ ਦੋਨਾਂ ਦੀ ਸਪੀਡਾਂ ਅਲੱਗ ਅਲੱਗ ਹੋਣਗੀਆਂ, ਠੀਕ ਹੈ। 38% ਬੈਕਅਪ ਟੌਰਕ ਇਹਦਾ, ਅਤੇ ਜਿਹੜੀ ਲਿਫਟ ਕਪੈਸਿਟੀ ਉਹ ਆਪਣੀ 2000 kg ਦੀ ਕਰਤੀ ਇਹਨਾਂ ਨੇ, ਠੀਕ ਹੈ। ਅਤੇ ਰਿਵਰਸ PTO ਦੇ ਨਾਲ ਆਪਾਂ ਡੂਅਲ PTO ਦਾ ਆਪਸ਼ਨ ਵਿੱਚ ਮਿਲ ਜਾਣਾ, ਠੀਕ ਹੈ। ਆਹ ਤਾਂ ਜਿਹੜੀ ਕੰਪਨੀ ਨੇ ਮੇਨ ਮੇਨ ਗੱਲਾਂ ਜਿਹੜੀਆਂ ਇਹਦੀ ਦੱਸੀਆਂ ਉਹ ਹੈ, ਅਤੇ ਹੁਣ ਜਿਹੜੇ ਮੇਨ ਚੇਂਜਸ ਕਰੇਗੀ ਆਪਾਂ ਉਹਦੇ ਬਾਰੇ ਗੱਲ ਕਰਨੀ ਹੈ ਇਹਦੇ 'ਚ, ਠੀਕ ਹੈ ਵੀਰੋ। ਤਾਂ ਵੀਰੋ ਸਭ ਨਾਲ ਪਹਿਲਾਂ ਮੇਨ ਚੇਂਜਸ ਦਾ ABCD ਗੇਅਰਬੋਕਸ ਜਿਹੜਾ ਇਹਨਾਂ ਨੇ ਕਰਤਾ, ਠੀਕ ਹੈ। ਉਹ ਦਾ ਹੁਣ ਚੇਂਜ ਫਾਇਦਾ ਕੀ ਹੋਣਾ ਤੁਹਾਨੂੰ, ਜਿਵੇਂ ਕਿ ਪਹਿਲਾਂ ਆਪਾਂ ਨੂੰ ਥੋੜ੍ਹੀ ਰੋਡ ਸਪੀਡ ਦੀ ਦਿੱਕਤ ਆਉਂਦੀ ਸੀ ਜੋਂਡੀਅਰ 52, ਥੋੜ੍ਹੀ ਇਹਦੀ ਰੋਡ ਸਪੀਡ ਉਹ ਥੋੜ੍ਹੀ ਘੱਟ ਸੀਗੀ, ਹੈ ਨਾ, ਕੰਪੇਅਰ ਟੂ 50 PND, ਜਿਵੇਂ ਜੋਂਡੀਅਰ ਦਾ 50 PND ਜਿਹੜਾ ਹਾਈ ਸਪੀਡ ਟਰੈਕਟਰ ਆ, ਉਹਦੀ ਥੋੜ੍ਹੀ ਸਪੀਡ ਵੱਧ ਸੀ ਇਹਦੇ ਨਾਲੋਂ, ਪਰ ਉਹ ਚੀਜ਼ ਫਿਕਸ ਹੋ ਜਾਣੀ, ਕਿਉਂਕਿ ਜਿਹੜਾ ਡੀ ਵਾਲਾ ਸਪੀਡ ਇਹਨਾਂ ਦੀ, ਡੀ ਸਪੀਡ ਆ ਉਹ D1, D2, D3 ਦੀ ਜਿਹੜੀ ਸਪੀਡ ਆ ਉਹ ਕਾਫੀ ਜ਼ਿਆਦਾ ਫਾਸਟ ਆ ਹੁਣ ਕੰਪੇਅਰ ਟੂ ਪੁਰਾਣੇ 52, ਜੇ ਆਪਾਂ ਉਹਦੇ ਸੀ ਵਾਲੇ ਗੇਅਰ ਦੀ ਗੱਲ ਕਰੀਏ। ਹੁਣ ਇਹਦੀ ਸਪੀਡ ਇੰਨੀ ਜ਼ਿਆਦਾ ਤੇਜ਼ ਕਿਉਂ ਹੋ ਗਈ ਹੈ? ਕਿਉਂਕਿ ਜਿਹੜਾ ਹਰ ਟਰੈਕਟਰ ਆ ਇਹਦੇ 'ਚ ਆਪਾਂ ਨੂੰ ਜਿਹੜਾ ਇੰਜਨ ਰਿਲੇਟਡ RPM ਉਹ 2400 ਤੋਂ 2100 ਕਰਤੇ ਗਏ। ਜੀ ਹਾਂ ਵੀਰੋ, ਇਹ ਤੁਹਾਨੂੰ ਆਈ ਥਿੰਕ ਕੰਪਨੀ ਨੇ ਨਹੀਂ ਦੱਸਿਆ ਹੋਣਾ ਕਿ ਇਹ ਜਿਹੜੇ RPM ਉਹ 2100 ਕਰਤੇ ਆ ਇਹਦੇ 52 10। ਅਤੇ ਵੀਰੋ RPM ਨੂੰ 2100 ਕਰਨ ਦੇ ਨਾਲ ਨਾਲ ਇਹਦਾ ਜਿਹੜਾ ਟਰਬੋ ਉਹ ਵੀ ਚੇਂਜ ਕਰ ਦਿੱਤਾ ਗਿਆ, ਜਿਵੇਂ ਤੁਸੀਂ ਆ ਫੋਟੋ 'ਚ ਦੇਖ ਸਕਦੇ ਹੋ, ਹੈ ਨਾ। ਨੰਬਰ ਤਾਂ ਕਲੀਅਰਲੀ ਆਪਾਂ ਨੂੰ ਸ਼ੋਅ ਹੋਏ ਨਹੀਂ, ਅਤੇ ਟਰਬੋ ਜਿਹੜਾ ਇਹਦਾ ਚੇਂਜ ਕਰਤਾ ਹੈ ਪਹਿਲਾਂ ਵਾਲੇ 52 10 ਨਾਲੋਂ, ਅਤੇ ਇਹ 'ਚ ਇੰਟਰ ਕੂਲਰ ਅਤੇ ਡੀਜ਼ਲ ਕੂਲਰ ਨਹੀਂ ਲਾਇਆ ਗਿਆ, ਉਹ ਜਿਹੜਾ 50 hp+ ਵਾਲੇ ਮਾਡਲ 'ਚ ਆਊਗਾ, ਠੀਕ ਹੈ, ਉਹ ਸਭ ਇਹ 'ਚ ਨਹੀਂ ਹੈ। ਅਤੇ ਆਹ ਦੇਖ ਸਕਦੇ ਹੋ ABCD ਗੇਅਰਬੋਕਸ ਦੀ ਆਪਾਂ ਤੁਹਾਨੂੰ ਫੋਟੋ ਦਿਖਾਤੀ ਹੈ। ਤਾਂ ਵੀਰੋ ਬਾਕੀ ਜੇ ਹੁਣ ਆਪਾਂ ਗੱਲ ਕਰੀਏ ਇਹ 'ਚ ਹੋਰ ਜਿਹੜੇ ਫੀਚਰਸ ਆ ਵੀਰੋ, ਤੁਸੀਂ 5405 ਜਿਹੜਾ ਜੋਂਡੀਅਰ ਆਉਂਦਾ ਉਹਦੇ ਟਿਲਟ ਸਟੇਰਿੰਗ ਹਾਰਸ ਪਾਵਰ ਅਤੇ ਇੰਟਰ ਕੂਲਰ ਨੂੰ ਛੱਡ ਕੇ ਵੀਰੋ ਸਾਰੇ ਜਿਹੜੇ ਫੀਚਰਸ ਆ ਉਹ ਇਹਦੇ 'ਚ ਅਵੇਲੇਬਲ ਹੈ, ਠੀਕ ਹੈ ਵੀਰੋ। ਬਸ RPM ਇਹਦੇ ਵੀ 2100 ਕਰਤੇ, ਜੋ ਕਿ ਤੁਹਾਨੂੰ ਮੈਂ ਪਹਿਲਾਂ ਦੱਸਤਾ, ਔਰ ਸਾਰੇ ਫੀਚਰਸ ਵੀਰੋ ਇਹ 'ਚ ਸੇਮ ਹੈ, ਟਿਲਟ ਸਟੇਰਿੰਗ ਨੂੰ ਛੱਡ ਕੇ, ਠੀਕ ਹੈ, ਇੰਟਰ ਕੂਲਰ ਨੂੰ ਛੱਡ ਕੇ, ਅਤੇ ਹਾਰਸ ਪਾਵਰ ਜਿਹੜੀ ਇਹਦੀ 50 ਹੈ, ਠੀਕ ਹੈ, ਉਹਦੀ ਜਿਹੜੀ ਸੀ 63 ਸੀ। ਤਾਂ ਵੀਰੋ ਆਹ ਡਿਫਰੈਂਸ ਇਹ 'ਚ ਲਾਇਆ ਗਿਆ ਨਵੇਂ ਜੋਂਡੀਅਰ 'ਚ। ਆਈ ਥਿੰਕ ਵੀਰੋ ਆਪਾਂ ਬਹੁਤ ਜਲਦ ਇਹਦਾ ਜਿਹੜਾ ਹੈ ਫੁੱਲ ਰਿਵਿਊ ਲੈ ਕੇ ਆਵਾਂਗੇ, ਇੱਕ ਇੱਕ ਪਾਰਟਸ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ, ਬਹੁਤ ਜਲਦ ਟਰਾਈ ਕਰਾਂਗੇ ਆਪਾਂ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਸੀ, ਆਈ ਹੋਪ ਤੁਹਾਨੂੰ ਜਿਹੜੀ ਮੇਰੀ ਵੀਡੀਓ ਪਸੰਦ ਆਈ ਹੋਣੀ, ਵੀਡੀਓ ਪਸੰਦ ਪਲੀਜ਼ ਤੁਹਾਨੂੰ ਲਾਈਕ ਕਰ ਦੇਣਾ, ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ, ਤਾਂ ਕਿ ਲੇਟੈਸਟ ਵੀਡੀਓ ਅਪਡੇਟ ਮਿਲਣ ਤੁਹਾਨੂੰ ਸਭ ਨਾਲ ਪਹਿਲਾਂ।